ਲਿਖਿਆ ਹੈ ਕਿ ਖੁਦਾਵੰਦ ਖੁਦਾ ਯਸੂ ਮਸੀਹ ਨੂੰ ਭੇਜੇਗਾ ਤਾਂ ਕਿ ਉਹ ਗੁਨਾਹਗਾਰਾਂ ਨੂੰ ਬਚਾਏ ਤੇ ਇਨਸਾਨ ਤੇ ਖੁਦਾ ਦਾ ਮੇਲ ਕਰਾਏ। ਯਸੂ ਮਸੀਹ ਨਿਜਾਤ ਦਿੰਦਾ ਹੈ ਜਿਨ ਖੁਦਾ ਨੇ ਇਸ ਦੁਨੀਆਂ 'ਚ ਭੇਜਣ ਦਾ ਵਾਅਦਾ ਕੀਤਾ। ਯਸਾਇਆ ਨਬੀ ਦੇ ਮੁਤਾਬਿਕ ਇਹੋ ਹੀ ਹੋਇਆ। ਮੁਕੱਦਸਾ ਮਰੀਮ ਕੁਮਾਰੀ ਖੁਦਾ ਦੀ ਕੁਦਰਤ ਨਾਲ ਹਾਮਿਲਾ ਹੋਈ ਤੇ ਯਸੂ ਮਸੀਹ ਪੈਦਾ ਹੋਇਆ। ਤੇ ਇਹ ਉਹੋ ਹੀ ਏ ਜਿਹਨੂੰ ਖੁਦਾ ਤਾਲਾ ਨੇ ਆਪਣਾ ਪੁੱਤਰ ਕਿਹਾ। ਜਦ ਲੋਕਾਂ ਨੇ ਯਸੂ ਮਸੀਹ ਨੂੰ ਵੇਖਿਆ ਤੇ ਉਹਨਾਂ ਖੁਦਾ ਦੀ ਕੁਦਰਤ ਤੇ ਕੁਵਤ ਨੂੰ ਵੇਖਿਆ। ਉਹਨੇ ਲੋਕਾਂ ਨੂੰ ਸ਼ਫਾ ਬਖਸ਼ੀ ਤੇ ਉਹਨਾਂ ਦੇ ਗੁਨਾਹ ਮਾਫ ਕੀਤੇ ਤੇ ਬਹਿਸ਼ਤਾਂ 'ਚ ਲੈ ਜਾਣ ਦਾ ਵਾਅਦਾ ਕੀਤਾ। ਯਸੂ ਨੇ ਕੁੱਲ ਜਹਾਨ ਦੇ ਗੁਨਾਹਾਂ ਲਈ ਆਪਣੀ ਜਾਨ ਫਿਦੀਏ 'ਚ ਦਿੱਤੀ। ਮੇਰੇ ਯਸੂ ਨੇ ਆਪ ਫਰਮਾਇਆ, ਮੈਨੂੰ ਆਪਣੀ ਜਾਨ ਦੇਣ ਤੇ ਫਿਰ ਵਾਪਸ ਲੈਣ ਦਾ ਵੀ ਪੂਰਾ ਇਖਤਿਆਰ ਏ। ਯਸੂ ਮਸੀਹ ਦੀ ਹਯਾਤੀ ਇਸ ਗੱਲ ਦਾ ਪੱਕਾ ਸਬੂਤ ਏ ਕਿ ਖੁਦਾ ਦਾ ਕਲਾਮ ਸੱਚਾ ਤੇ ਲਾ ਤਬਦੀਲ ਏ। ਨਬੀਆਂ ਨੇ ਫਰਮਾਇਆ ਕਿ ਖੁਦਾ ਦਾ ਕਲਾਮ ਹਰ ਐਬ ਤੋਂ ਪਾਕ ਤੇ ਅਬਦੀ ਏ। ਯਸੂ ਮਸੀਹ ਨੇ ਖੁਦ ਫਰਮਾਇਆ ਕਿ ਅਸਮਾਨ ਤੇ ਜ਼ਮੀਨ ਭਾਵੇਂ ਟਲ ਜਾਣ ਪਰ ਮੇਰਾ ਕਲਾਮ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ। ਖੁਦਾ ਨੇ ਆਦਮ ਤੇ ਹਵਾ ਨੂੰ ਪੈਦਾ ਕੀਤਾ ਕਿ ਉਹ ਉਹਦੀ ਸੋਬਤ 'ਚ ਖੁਸ਼ ਰਹਿਣ, ਪਰ ਕਿੱਥੇ? ਕਲਾਮ ਮੁਕੱਦਸ 'ਚ ਲਿਖਿਆ ਹੈ, ਸਭ ਨੇ ਗੁਨਾਹ ਕੀਤਾ ਤੇ ਗੁਨਾਹ ਦਾ ਨਤੀਜਾ ਤੇ ਮੌਤ ਏ ਤੇ ਗੁਨਾਹਗਾਰ ਲੋਕ ਖੁਦਾ ਦੀ ਹਜ਼ੂਰੀ 'ਚ ਠਹਿਰ ਨਹੀਂ ਸਕਦੇ। ਪਰ ਜਿਸ ਤਰ੍ਹਾਂ ਖੁਦਾ ਨੇ ਆਪ ਅਬਰਾਹਮ ਦੇ ਪੁੱਤਰ ਲਈ ਇੱਕ ਕੁਰਬਾਨੀ ਮੁਹੱਈਆ ਕੀਤੀ, ਇਸੇ ਤਰ੍ਹਾਂ ਉਸਨੇ ਯਸੂ ਮਸੀਹ ਨੂੰ ਵੀ ਇਸ ਦੁਨੀਆਂ 'ਚ ਭੇਜਿਆ ਕਿ ਉਹ ਕੁੱਲ ਜਹਾਨ ਲਈ ਕੁਰਬਾਨ ਹੋਵੇ। ਯਸੂ ਮਸੀਹ ਦੀ ਜ਼ਿੰਦਗੀ, ਮੌਤ ਤੇ ਜੀ ਉੱਠਣ ਦੀ ਸੱਚਾਈ ਤੇ ਈਮਾਨ ਲਿਆਉਣ ਨਾਲ ਸਾਡਾ ਰਿਸ਼ਤਾ ਫਿਰ ਖੁਦਾ ਨਾਲ ਜੁੜ ਗਿਆ ਏ। ਪਤਰਸ ਰਸੂਲ ਫਰਮਾਉਂਦੇ ਨੇ ਕਿ ਜੋ ਕੋਈ ਯਸੂ ਮਸੀਹ ਤੇ ਈਮਾਨ ਲਿਆਏਗਾ ਉਹਦੇ ਗੁਨਾਹ ਮਾਫ਼ ਕੀਤੇ ਜਾਣਗੇ। ਜਿਹੜੇ ਯਸੂ ਤੇ ਈਮਾਨ ਲਿਆਉਂਦੇ ਨੇ ਉਹ ਜਹੰਨਮ ਦੀ ਅੱਗ ਤੋਂ ਬਚ ਜਾਣਗੇ ਤੇ ਹਮੇਸ਼ਾ ਲਈ ਬਹਿਸ਼ਤਾਂ 'ਚ ਖੁਦਾ ਦੀ ਹਜ਼ੂਰੀ 'ਚ ਰਹਿਣਗੇ। ਯਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਾਰੀਆਂ ਕੌਮਾਂ 'ਚ ਮੇਰੇ ਨਾਂ 'ਤੇ ਇਹ ਮਨਾਦੀ ਕਰੋ ਕਿ ਤੌਬਾ ਕਰੋ ਆਪਣੇ ਗੁਨਾਹਾਂ ਤੋਂ ਤੇ ਮਾਫ਼ ਕੀਤੇ ਜਾਓਗੇ। ਮੈਂ ਪਾਕ ਰੂਹ ਭੇਜਾਂਗਾ ਕਿ ਤੁਹਾਡੇ ਨਾਲ ਹੋਵੇ ਤੇ ਸੱਚਾਈ ਦੀ ਰਾਹ ਵਿਖਾਵੇ। ਜਦ ਗੁਨਾਹਗਾਰ ਔਰਤ ਨੇ ਆਪਣੇ ਗੁਨਾਹਾਂ ਤੋਂ ਤੌਬਾ ਕੀਤੀ ਤੇ ਯਸੂ ਦੀ ਪੈਰਵੀ ਕਰਨ ਲੱਗੀ ਤੇ ਉਹਨੇ ਕਿਹਾ, ਤੇਰੇ ਗੁਨਾਹ ਮਾਫ਼ ਹੋਏ। ਯਸੂ ਮਸੀਹ ਨੇ ਇਹ ਵੀ ਫਰਮਾਇਆ, ਜਿਹੜੇ ਲੋਕ ਸੱਚੇ ਦਿਲ ਤੋਂ ਖੁਦਾ ਨਾਲ ਪਿਆਰ ਕਰਦੇ ਨੇ ਉਹ ਬਖਸ਼ੇ ਗਏ। ਯਸੂ ਮਸੀਹ ਨੇ ਫਰਮਾਇਆ ਕਿ ਮੇਰੀ ਪੈਰਵੀ ਕਰੋ। ਜਦ ਸਲੀਬ ਤੇ ਟੰਗਿਆ ਹੋਇਆ ਡਾਕੂ ਮਸੀਹ ਤੇ ਈਮਾਨ ਲਿਆਇਆ ਤੇ ਬਹਿਸ਼ਤਾਂ ਦੇ ਬੰਦ ਬੂਹੇ ਖੁੱਲ੍ਹ ਗਏ। ਜਿਹੜੇ ਲੋਕ ਯਸੂ ਮਸੀਹ ਦੀ ਪੈਰਵੀ ਕਰਨਾ ਚਾਹੁੰਦੇ ਨੇ ਉਹ ਆਪਣੇ ਦਿਲੋਂ ਇਹ ਇਕਰਾਰ ਕਰ ਸਕਦੇ ਨੇ, ਐ ਖੁਦਾਵੰਦ ਖੁਦਾ, ਕਾਇਨਾਤ ਦੇ ਰੱਬ, ਮੈਂ ਤੇਰਾ ਸ਼ੁਕਰ ਕਰਨਾ, ਤੂੰ ਮੈਨੂੰ ਪਿਆਰ ਕਰਨਾ ਹੈ। ਤੂੰ ਯਸੂ ਮਸੀਹ ਨੂੰ ਭੇਜਿਆ ਕਿ ਉਹ ਮੇਰੀ ਖਾਤਰ ਸਲੀਬੀ ਮੌਤ ਮਰੇ ਤੇ ਜੀ ਉੱਠੇ। ਮੈਂ ਸ਼ੁਕਰ ਕਰਨਾ ਕਿ ਯਸੂ ਮਸੀਹ ਨੇ ਮੇਰੇ ਗੁਨਾਹਾਂ ਦੀ ਖਾਤਰ ਸਜ਼ਾ ਪਾਈ। ਮੈਂ ਤੇਰਾ ਸ਼ੁਕਰ ਕਰਨਾ ਕਿ ਤੂੰ ਮੇਰੇ ਗੁਨਾਹ ਮਾਫ਼ ਕੀਤੇ ਤੇ ਮੇਰੇ ਲਈ ਬਹਿਸ਼ਤਾਂ ਦੇ ਬੰਦ ਬੂਹੇ ਖੋਲ੍ਹ ਦਿੱਤੇ। ਐ ਖੁਦਾਵੰਦ, ਮੈਨੂੰ ਆਪਣਾ ਰੂਹੇ ਪਾਕ ਬਖਸ਼ ਦੇ, ਜਿਹੜਾ ਮੇਰੇ ਨਾਲ ਰਵੇ, ਤੇਰੀ ਰਾਹ ਵਿਖਾਵੇ, ਮੇਰੀ ਰਹਿਨੁਮਾਈ ਫਰਮਾਏ। ਮੈਂ ਪੂਰੇ ਦਿਲੋਂ ਤੈਨੂੰ ਪਿਆਰ ਕਰਾਂ, ਤੇਰੀ ਮਰਜ਼ੀ 'ਤੇ ਚੱਲਾਂ। ਐ ਖੁਦਾਵੰਦ ਖੁਦਾ, ਕਾਸ਼ ਇਸ ਜਹਾਨ ਦੇ ਲੋਕ ਤੇਰੀ ਹਮ ਤੇਰੀ ਤਾਰੀਫ ਕਰਨ। ਆਮੀਨ। ਯਸੂ ਮਸੀਹ ਨੇ ਆਪਣੇ ਮੋਮਿਨਾਂ ਲਈ ਫਰਮਾਇਆ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ, ਮੈਂ ਉਹਨਾਂ ਨੂੰ ਜਾਣਨਾ ਵਾਂ, ਉਹ ਮੇਰੀ ਪੈਰਵੀ ਕਰਦੀਆਂ ਨੇ।
ਯਸੂ ਮਸੀਹ ਦੇ ਲੋਕ ਇੱਕ ਦੂਜੇ ਨਾਲ ਮੇਲ ਮਿਲਾਪ ਰੱਖਦੇ ਨੇ, ਕਲਾਮੇ ਮੁਕੱਦਸ ਪੜ੍ਹਦੇ ਨੇ। ਯਸੂ ਰੂਹੁਲ ਕੁਦਸ ਦੇ ਵਸੀਲੇ ਉਹਨਾਂ ਦੇ ਦਿਲਾਂ 'ਚ ਰਹਿੰਦਾ ਏ। ਜਦ ਯਸੂ ਆਪਣੇ ਅਸਮਾਨੀ ਤਖ਼ਤ ਵੱਲ ਬਦਲਾਂ 'ਤੇ ਉਠਾਏ ਗਏ ਅਤੇ ਫਰਮਾਇਆ, ਅਸਮਾਨ ਅਤੇ ਜ਼ਮੀਨ ਦਾ ਕੁੱਲ ਇਖਤਿਆਰ ਮੇਰੇ ਕੋਲੇ, ਮੈਂ ਦੁਨੀਆ ਦੇ ਆਖਿਰ ਤੱਕ ਤੁਹਾਡੇ ਨਾਲ ਹਾਂ।